ਸ਼ਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲੋ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਜਿਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਦੁਚਿੱਤੀ ਵਾਲੀ ਸਥਿਤੀ ਪੈਦਾ ਹੋ ਗਈ ਹੈ ਯੂਜੀਸੀ ਦੇ ਵੱਲੋਂ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਸਮੇਤ 150 ਤੋਂ ਵੱਧ ਯੂਨੀਵਰਸਿਟੀਆਂ ਨੂੰ ਡਿਫਾਲਟਰ ਐਲਾਨ ਦਿੱਤਾ ਗਿਆ ਹੈ ਨੀਟ ਦੇ ਵਿੱਚ ਹੋਈ ਕਥਿਤ ਧਾਂਦਲੀ ਨੂੰ ਲੈ ਕੇ ਪੰਜਾਬ ਦੇ ਕਾਂਗਰਸੀ ਵੀ ਮੈਦਾਨ ਦੇ ਵਿੱਚ ਕੁੱਦ ਪਏ ਨੇ ਜਲੰਧਰ ਪੱਛਮੀ ਤੋਂ ਸਾਰੀਆਂ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਨੇ ਆਪੂ ਆਪਣੀ ਜਿੱਤ ਦਾ ਦਾਵਾ ਵੀ ਇਹਨਾਂ ਲੀਡਰਾਂ ਦੇ ਵੱਲੋਂ ਠੋਕੇ ਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵਿਆਂ ਦੀਆਂ ਧੱਜੀਆਂ ਡੀਜੀ ਪੀ ਗੌਰਵ ਜਾਦਵ ਨੇ ਉਡਾ ਕੇ ਰੱਖ ਦਿੱਤੀਆਂ ਨੇ ਪੁਲਿਸ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ঈਗਲ ਚਲਾਇਆ ਗਿਆ ਹੈ ਮੌਸਮ ਵਿਭਾਗ ਨੇ ਦੱਸਿਆ ਹੈ ਮੌਨਸੂਨ ਪੰਜਾਬ ਦੇ ਵਿੱਚ ਕਦੋਂ ਆ ਸਕਦਾ ਹੈ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਅਰਵਿੰਦ ਕੇਜਰੀਵਾਲ ਤੋਂ ਕਰਦੇ ਹਾਂ 20 ਜੂਨ ਦੀ ਸ਼ਾਮ ਨੂੰ ਇੱਕ ਖਬਰ ਸਾਹਮਣੇ ਆਈ ਕਿ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਅਦਾਲਤ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਕਥਿਤ منی ਲਾਂਡਰਿੰਗ ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ ਪੱਕੀ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ 21 ਜੂਨ ਨੂੰ ਤਿਹਾੜ ਜੇਲ੍ਹ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਬਾਹਰ ਆ ਜਾਣਗੇ ਆਮ ਆਦਮੀ ਪਾਰਟੀ ਦੇ ਲੀਡਰਾਂ ਵਰਕਰਾਂ ਦੇ ਵੱਲੋਂ ਲੱਡੂ ਵੰਡ ਕੇ ਢੋਲ ਦੀ ਥਾਪ ਤੇ ਭੰਗੜੇ ਪਾ ਕੇ ਟਾਕੇ ਚਲਾ ਕੇ ਆਤੇ ਬਾਜੀ ਚਲਾ ਕੇ ਜਸ਼ਨ ਮਨਾਏ ਗਏ ਭਾਵੇਂ ਉਹ ਦਿੱਲੀ ਹੋਵੇ ਭਾਵੇਂ ਉਹ ਪੰਜਾਬ ਹੋਵੇ ਸਾਰੇ ਲੀਡਰ ਅੱਧੀ ਰਾਤ ਤੱਕ ਭੰਗੜਾ ਪਾ ਪਾ ਕੇ ਥੱਕ ਗਏ ਪਰ ਅਗਲੇ ਦਿਨ ਖਬਰ ਸਾਹਮਣੇ ਆ ਗਈ ਕਿ ਹਾਈ ਕੋਰਟ ਚਲੀ ਗਈ ਹੈ ਈਡੀ ਅਤੇ ਉਸ ਦੇ ਵੱਲੋਂ ਭਾਵੇਂ ਈਡੀ ਦੇ ਵੱਲੋਂ ਅਦਾਲਤ ਦੇ ਵਿੱਚ ਦਰਖਾਸਤ ਇਹ ਦਿੱਤੀ ਗਈ ਕਿ ਜ਼ਮਾਨਤ ਤੇ ਰੋਕ ਲਗਣੀ ਚਾਹੀਦੀ ਹੈ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਤੇ ਉਨੀ ਦੇਰ ਤੱਕ ਰੋਕ ਲਾ ਦਿੱਤੀ ਗਈ ਜਿੰਨੀ ਦੇਰ ਤੱਕ ਹਾਈ ਕੋਰਟ ਦੇ ਵਿੱਚ ਇਸ ਮਸਲੇ ਤੇ ਸੁਣਵਾਈ ਨਹੀਂ ਹੁੰਦੀ ਹੈ ਹਾਈ ਕੋਰਟ ਦੇ ਵੱਲੋਂ ਓਨੀ ਦੇਰ ਤੱਕ ਜ਼ਮਾਨਤ ਤੇ ਰੋਕ ਲਾਉਣ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨੂੰ ਲੈ ਕੇ ਦੁਚਿੱਤੀ ਵਾਲੀ ਸਥਿਤੀ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਦੋਵਾਂ ਧਿਰਾਂ ਦੇ ਵਕੀਲਾਂ ਦੇ ਵੱਲੋਂ ਆਪੋ ਆਪਣੀਆਂ ਦਲੀਲਾਂ ਦੇ ਦਿੱਤੀਆਂ ਗਈਆਂ ਅਦਾਲਤ ਨੇ ਹੁਣ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਅਦਾਲਤ ਨੇ ਆਖਿਆ ਅਸੀਂ ਜਲਦਬਾਜ਼ੀ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਸੁਣਾਉਣਾ ਚਾਹੁੰਦੇ ਅਸੀਂ ਚੰਗੇ ਤਰੀਕੇ ਨਾਲ ਕੋਖ ਕਰਨਾ ਚਾਹੁੰਦੇ ਆ ਦਸਤਾਵੇਜ਼ਾਂ ਦੀ ਇਸ ਕਰਕੇ ਅਸੀਂ ਆਪਣਾ ਫੈਸਲਾ ਮੰਗਲਵਾਰ ਵਾਲੇ ਦਿਨ ਸੁਣਾਵਾਂਗੇ ਇਸ ਦਾ ਮਤਲਬ ਇਹ ਹੈ ਕਿ ਹਾਲ ਦੀ ਘੜੀ ਮੰਗਲਵਾਰ ਤੱਕ ਜੇਲ੍ਹ ਦੇ ਵਿੱਚ ਹੀ ਅਰਵਿੰਦ ਕੇਜਰੀਵਾਲ ਨੂੰ ਰਹਿਣਾ ਪਵੇਗਾ ਜੇਕਰ ਹਾਈ ਕੋਰਟ ਨੇ ਜ਼ਮਾਨਤ ਤੋਂ ਸਟੇ ਰੋਕ ਹਟਾ ਦਿੱਤੀ ਤਾਂ ਮੰਗਲਵਾਰ ਨੂੰ ਛੁੱਟ ਸਕਦੇ ਨੇ ਬਾਹਰ ਆ ਸਕਦੇ ਨੇ ਅਰਵਿੰਦ ਕੇਜਰੀਵਾਲ ਅਤੇ ਜੇਕਰ ਜ਼ਮਾਨਤ ਤੇ ਰੋਕ ਬਰਕਰਾਰ ਰੱਖਣ ਦਾ ਫੈਸਲਾ ਹਾਈ ਕੋਰਟ ਨੇ ਸੁਣਾ ਦਿੱਤਾ ਤਾਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪੈ ਸਕਦਾ ਹੈ ਆਮ ਆਦਮੀ ਪਾਰਟੀ ਆਖਦੀ ਹੈ ਵੇਖੋ ਕਿੰਨੀ ਜ਼ਿਆਦਾ ਤੱਕ ਕੇ ਸ਼ਾਹੀ ਇਹ ਅ ਸੰਜੀਤ ਸਿੰਘ ਰਾਜ ਸਭਾ ਦੇ ਸੰਸਦ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਆਖਦੇ ਨੇ ਅਜੇ ਤੱਕ ਹੇਠਲੀ ਅਦਾਲਤ ਦਾ ਫੈਸਲਾ ਵੀ ਸਾਹਮਣੇ ਨਹੀਂ ਆਇਆ ਆਰਡਰ ਦੀ ਕਾਪੀ ਤੱਕ ਬਾਹਰ ਨਹੀਂ ਆਈ ਹੈ ਅਤੇ ਈਡੀ ਦੇ ਵੱਲੋਂ ਵੇਖੋ ਹਾਈ ਕੋਰਟ ਦਾ ਰੁਖ ਵੀ ਕਰ ਲਿਆ ਗਿਆ ਅਤੇ ਫੈਸਲੇ ਤੇ ਰੋਕ ਵੀ ਲਗਵਾ ਦਿੱਤੀ ਗਈ ਹੈ ਇਨੀ ਤੱਕ ਕੇ ਸ਼ਾਹੀ ਅਰਵਿੰਦ ਕੇਜਰੀਵਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਨਰਿੰਦਰ ਮੋਦੀ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਈਡੀ ਤਾਂ ਸਿਰਫ ਇੱਕ ਹੱਥ ਠੋਕਾ ਹੈ ਭਾਰਤੀ ਜਨਤਾ ਪਾਰਟੀ ਦਾ ਇਹ ਸਾਰੇ ਗੰਭੀਰ ਇਲਜ਼ਾਮ ਸੰਜੇ ਸਿੰਘ ਦੇ ਵੱਲੋਂ ਲਾ ਦਿੱਤੇ ਗਏ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੀ ਇੱਦਚਿੱਤੀ ਨੂੰ ਲੈ ਕੇ ਪੰਜਾਬ ਤੱਕ ਪੰਜਾਬ ਦੀ ਸਿਆਸਤ ਤੱਕ ਇਸ ਦਾ ਅਸਰ ਹੁੰਦਾ ਨਜ਼ਰ ਆ ਰਿਹਾ ਹੈ ਭੁਲਾਤੋ ਕਾਂਗਰਸੀ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ ਉਹ ਆਖਦੇ ਨੇ ਜੋ ਬੀਜੋਗੇ ਉਹੀ ਵੱਡੋਗੇ ਜਦੋਂ ਮੈਨੂੰ ਜ਼ਮਾਨਤ ਮਿਲੀ ਸੀ ਰਾਤੋਂ ਰਾਤ ਮੇਰੇ ਤੇ ਇੱਕ ਹੋਰ ਪਰਚਾ ਪਾ ਕੇ ਮੈਨੂੰ ਕੁਝ ਦਿਨ ਹੋਰ ਅੰਦਰ ਰੱਖਿਆ ਗਿਆ ਸੀ ਵੇਖੋ ਕੁਦਰਤ ਨੇ ਹੁਣ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਉਹੀ ਕੁਝ ਕੀਤਾ ਹੈ ਚਾਹੁੰਦਾ ਨਹੀਂ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਅਜਿਹਾ ਕੁਝ ਹੋਵੇ ਪਰ ਕੁਦਰਤ ਬੜੀ ਬਿਆੰਤ ਹੈ ਜੇਕਰ ਤੁਸੀਂ ਦੂਜਿਆਂ ਦੇ ਨਾਲ ਇੰਜ ਕਰਦੇ ਹੋ ਤਾਂ ਤੁਹਾਡੇ ਨਾਲ ਵੀ ਹੁੰਦਾ ਹੈ ਮੈਂ ਚਾਹੁੰਦਾ ਹਾਂ ਕਿ ਅਰਵਿੰਦ ਕੇਜਰੀਵਾਲ ਬਾਹਰ ਆ ਜਾਵੇ ਪਰ ਕੁਦਰਤ ਨੇ ਉਹੀ ਕੁਝ ਅਰਵਿੰਦ ਕੇਜਰੀਵਾਲ ਦੇ ਨਾਲ ਕਰ ਦਿੱਤਾ ਹੈ ਜੋ ਇਹਨਾਂ ਨੇ ਮੇਰੇ ਨਾਲ ਕੀਤਾ ਸੀ ਖੈਰਾ ਦੇ ਵੱਲੋਂ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਇਹ ਟਿੱਪਣੀ ਕੀਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਯੂਜੀਸੀ ਦੇ ਵੱਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਵੱਲੋਂ ਭਾਰਤ ਦੀਆਂ 157 ਯੂਨੀਵਰਸਿਟੀਆਂ ਨੂੰ ਡਿਫਾਲਟਰ ਐਲਾਨ ਦਿੱਤਾ ਗਿਆ ਹੈ ਇਹਨਾਂ ਯੂਨੀਵਰਸਿਟੀਆਂ ਨੇ ਨਿਯਮਾਂ ਦੇ ਮੁਤਾਬਕ ਆਪਣੇ ਲੋਕਪਾਲ ਕੋਸ਼ਿਤ ਨਹੀਂ ਕੀਤੇ ਸਨ ਲੋਕਪਾਲ ਨਿਯੁਕਤ ਨਹੀਂ ਕੀਤੇ ਸਨ ਇਹਨਾਂ 157 ਯੂਨੀਵਰਸਿਟੀਆਂ ਦੇ ਵਿੱਚ ਦੋ ਪੰਜਾਬ ਦੀਆਂ ਯੂਨੀਵਰਸਿਟੀਆਂ ਵੀ ਨੇ ਟੋਟਲ 108 ਸਰਕਾਰੀ ਯੂਨੀਵਰਸਿਟੀਆਂ ਨੇ 47 ਪ੍ਰਾਈਵੇਟ ਯੂਨੀਵਰਸਿਟੀਆਂ ਅਤੇ 2 ਡੀਮਡ ਯੂਨੀਵਰਸਿਟੀਆਂ ਇਸ ਲਿਸਟ ਦੇ ਵਿੱਚ ਸ਼ਾਮਲ ਹਨ ਗੱਲ ਜੇਕਰ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਕੀਤੀ ਜਾਵੇ ਜਿਨ੍ਹਾਂ ਨੂੰ ਡਿਫਾਲਟ ਐਲਾਨ ਦਿੱਤਾ ਗਿਆ ਹੈ ਉਹਨਾਂ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾ ਪੱਟੀ ਹੈ ਅਤੇ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਇਹ ਸ਼ਾਮਲ ਹਨ ਇਹਨਾਂ ਨੇ UGC ਦੇ ਨਿਯਮਾਂ ਦੇ ਮੁਤਾਬਕ ਯੂਨੀਵਰਸਿਟੀਆਂ ਦੇ ਵੱਲੋਂ ਲੋਕਪਾਲ ਦੀ ਨਿਯੁਕਤੀ ਨਹੀਂ ਕੀਤੀ ਗਈ ਜਿਸ ਕਰਕੇ ਇਹਨਾਂ ਯੂਨੀਵਰਸਿਟੀਆਂ ਨੂੰ ਡਿਫਾਲਟਰ ਯੂਨੀਵਰਸਿਟੀਆਂ ਦੀ ਸ਼੍ਰੇਣੀ ਦੇ ਵਿੱਚ UGC ਦੇ ਵੱਲੋਂ شمار ਕਰ ਦਿੱਤਾ ਗਿਆ ਹੈ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਲਈ ਇਸ ਨੂੰ ਇੱਕ ਤਕੜਾ ਝਟਕਾ ਜ਼ਰੂਰ ਮੰਨਿਆ ਜਾ ਸਕਦਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਨੀਟ ਦੀ ਪ੍ਰੀਖਿਆ ਦੇ ਵਿੱਚ ਧੰਦਲੀ ਹੋਈ ਹੈ ਇਹ ਰੌਲਾ ਪੂਰੇ ਭਾਰਤ ਦੇ ਵਿੱਚ ਪਿਆ ਹੋਇਆ ਹੈ ਕੇਂਦਰ ਸਰਕਾਰ ਤੇ ਵੱਧ ਤੋਂ ਵੱਧ ਦਬਾਅ ਬਣਾਉਣ ਦੇ ਲਈ ਵਿਰੋਧੀ ਪਾਰਟੀਆਂ ਦੇ ਵੱਲੋਂ ਹੁਣ ਜ਼ਮੀਨੀ ਪੱਧਰ ਤੇ ਉਤਰ ਕੇ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਪਹਿਲਾਂ ਦਿੱਲੀ ਦੇ ਵਿੱਚ ਸੜਕਾਂ ਤੇ ਉਤਰੀ ਰੋਸ ਪ੍ਰਦਰਸ਼ਨ ਕੀਤਾ ਫਿਰ ਜਲੰਧਰ ਦੇ ਵਿੱਚ ਇੱਕ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਆਪ ਨੇ ਕੀਤਾ ਹੁਣ ਪੰਜਾਬ ਦੀ ਕਾਂਗਰਸ ਵੀ ਮੈਦਾਨ ਦੇ ਵਿੱਚ ਖੁੱਦ ਪਈ ਹੈ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਲੋ ਆਪਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਪਹਿਲਾਂ ਇਕੱਠੇ ਹੋਏ ਸਰਕਾਰ ਦੇ ਖਿਲਾਫ ਰੱਜ ਕੇ ਪੜਾਅਸ ਕੱਢੀ ਉਸ ਤੋਂ ਬਾਅਦ ਭਾਜਪਾ ਦੇ ਦਫ਼ਤਰ ਦੇ ਵੱਲ ਨੂੰ ਚਾਲੇ ਇਨ੍ਹਾਂ ਕਾਂਗਰਸੀਆਂ ਦੇ ਵੱਲੋਂ ਪਾ ਦਿੱਤੇ ਗਏ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਨ੍ਹਾਂ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਰਾਜਾ ਵੜਿੰਗ ਆਖਦੇ ਨੇ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਆਖਰ ਇਹ ਸਰਕਾਰ ਦੇ ਵੱਲੋਂ ਕਿਉਂ ਕੀਤਾ ਜਾ ਰਿਹਾ ਇਹ ਕੋਈ ਪਹਿਲਾ ਮਸਲਾ ਨਹੀਂ ਹੈ ਬਹੁਤ ਸਾਰੇ ਪੇਪਰ ਲੀਕ ਮਾਮਲੇ ਧਾਂਦਰੀਆਂ ਵਾਲੇ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਇਹ ਸਰਕਾਰ ਦੇ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ ਸੰਜੀਦਗੀ ਨਹੀਂ ਵਰਤੀ ਜਾਂਦੀ ਹੈ ਮਸਲਾ ਛੋਟਾ ਨਹੀਂ ਹੈ ਕਿੰਨੇ ਲੱਖਾਂ ਵਿਦਿਆਰਥੀ ਦਿਨ ਰਾਤ ਕਈ ਸਾਲਾਂ ਤੱਕ ਮਿਹਨਤ ਕਰਦੇ ਨੇ ਉਸ ਤੋਂ ਬਾਅਦ ਪ੍ਰੀਖਿਆ ਦਿੰਦੇ ਨੇ ਅਤੇ ਜੇਕਰ ਪ੍ਰੀਖਿਆਵਾਂ ਦੇ ਵਿੱਚ ਹੀ ਧਾਂਦਲੀਆਂ ਹੋਣ ਗਿਆ ਤਾਂ ਬੱਚਿਆਂ ਦਾ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਿਵੇਂ ਰਹੇਗਾ ਇਸੇ ਕਰਕੇ ਹੀ ਕਾਂਗਰਸ ਪਾਰਟੀ ਦੇ ਨੂੰ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਵੀ ਇਹ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਪੇਪਰ ਲੀਕ ਦੇ ਮਾਮਲੇ ਰੋਕਾਂਗੇ ਪਰ ਭਾਜਪਾ ਦੇ ਵੱਲੋਂ ਅਜੇ ਵੀ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਜਾ ਰਿਹਾ ਪਰ ਅਸੀਂ ਇਸ ਤਰੀਕੇ ਦੇ ਪ੍ਰਦਰਸ਼ਨ ਕਰਦੇ ਹੀ ਰਾਂਗੇ ਜਿੰਨੀ ਦੇਰ ਤੱਕ ਉਹਨਾਂ ਵਿਦਿਆਰਥੀਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਵਿਰੋਧੀ ਪਾਰਟੀਆਂ ਮੰਗਾਂ ਇਹ ਕਰ ਰਹੀਆਂ ਨੇ ਕਿ ਪ੍ਰੀਖਿਆ ਰੱਦ ਹੋਣੀ ਚਾਹੀਦੀ ਹੈ ਦੁਬਾਰਾ ਪ੍ਰੀਖਿਆ ਹੋਣੀ ਚਾਹੀਦੀ ਹੈ ਅਤੇ ਬੱਚਿਆਂ ਤੋਂ ਦੁਬਾਰਾ ਫੀਸ ਵੀ ਨਹੀਂ ਲਈ ਜਾਣੀ ਚਾਹੀਦੀ ਹੈ ਜੋ ਪ੍ਰੀਖਿਆ ਦੀ ਫੀਸ ਹੁੰਦੀ ਹੈ ਉਹ ਪੈਸੇ ਵੀ ਨਹੀਂ ਲਏ ਜਾਣੇ ਚਾਹੀਦੇ ਕਿਉਂਕਿ ਗਲਤੀ ਸਰਕਾਰ ਦੀ ਹੈ ਬੱਚੇ ਕਿਉਂ ਭੁਗਤਣ ਪ੍ਰੀਖਿਆ ਰੱਦ ਕਰਕੇ ਦੁਬਾਰਾ ਪੇਪਰ ਹੁਣੇ ਚਾਹੀਦੇ ਨੇ ਪ੍ਰੀਖਿਆ ਹੋਣੀ ਚਾਹੀਦੀ ਹੈ ਵਿਰੋਧੀਆਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਜਲੰਧਰ ਪੱਛਮੀ ਦੀ ਉਪ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ 21 ਜੂਨ ਆਖਰੀ ਦਿਨ ਸੀ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਤੇ ਸਾਰੀਆਂ ਵੱਡੀਆਂ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਐ ਘੋਸ਼ਿਤ ਵੀ ਕਰ ਦਿੱਤੇ ਗਏ ਅਤੇ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤੇ ਗਏ ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਗਤ ਉਹਨਾਂ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਉਹਨਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੰਤਰੀ ਅਮਨ अरोड़ा ਵੀ ਮੌਜੂਦ ਰਹੇ ਪਵਨ ਤੀਨੂ ਵੀ ਪਹੁੰਚੇ ਹੋਏ ਸਨ ਇਸ ਮੌਕੇ ਕਾਗਜ਼ ਦਾਖਲ ਕਰਨ ਤੋਂ ਬਾਅਦ ਅਮਨ अरोड़ा ਅਤੇ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਪਹਿਲਾਂ ਜੋ ਨਤੀਜੇ ਆਏ ਨੇ ਉਸ ਦੀ ਅਸੀਂ ਕੋਖ ਕਰ ਰਹੇ ਹਾਂ ਕਿ ਸਾਨੂੰ ਘੱਟ ਵੋਟਾਂ ਕਿਉਂ ਪਈਆਂ ਸਾਨੂੰ ਘੱਟ ਸੀਟਾਂ ਕਿਉਂ ਆਈਆਂ ਪਰ ਇਹ ਜਿਹੜੀਆਂ ਚੋਣਾਂ ਹਨ ਉਹ ਉਹਨਾਂ ਚੋਣਾਂ ਤੋਂ ਬਿਲਕੁਲ ਵੱਖਰੀਆਂ ਨੇ ਉਹ ਪ੍ਰਧਾਨ ਮੰਤਰੀ ਵਾਲੀਆਂ ਚੋਣਾਂ ਹਨ ਇਹ ਸੂਬੇ ਵਾਲੀਆਂ ਮੁੱਖ ਮੰਤਰੀ ਵਾਲੀਆਂ ਚੋਣਾਂ ਹਨ ਇਸ ਕਰਕੇ ਸਾਡੇ ਮੁੱਖ ਮੰਤਰੀ ਨੇ ਤਾਂ ਕੰਮ ਬਹੁਤ ਕੀਤਾ ਹੈ ਇਹਨੇ ਕੰਮ ਕੀਤੇ ਦੇ ਕੇ ਕੰਮਾਂ ਦੇ ਸਿਰ ਤੇ ਸਾਡਾ ਵਿਧਾਇਕ ਜਿੱਤ ਜਾਣਾ ਹੈ ਮਹਿੰਦਰ ਪਗਤ ਜੀ ਬਹੁਤ ਵਧੀਆ ਉਮੀਦਵਾਰ ਹਨ ਇਹ ਬਹੁਤ ਬੇਦਾਗ ਸ਼ਖਸੀਅਤ ਨੇ ਇਸ ਕਰਕੇ ਇਹ ਜਿੱਤ ਜਾਣਗੇ ਆਪ ਦੇ ਵੱਲੋਂ ਜਿੱਤ ਦਾ ਦਾਵਾ ਠੋਕ ਦਿੱਤਾ ਗਿਆ ਗੱਲ ਕਾਂਗਰਸ ਦੀ ਕਰੀਏ ਸੁਰਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਹੈ ਕਾਂਗਰਸ ਨੇ ਰਾਜਾ ਵੜਿੰਗ ਖੁਦ ਪਹੁੰਚੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਦਿਆ ਰਾਜਾ ਵੜਿੰਗ ਨੇ ਆਖਿਆ ਲੋਕ ਇਸ ਵਾਰ ਸਿਰਫ ਪਾਰਟੀਆਂ ਨਹੀਂ ਵੇਖਦੇ ਅਸੀਂ ਹਿਸਾਬ ਲਾਇਆ ਹੈ ਲੋਕ ਹੁਣ ਉਮੀਦਵਾਰ ਵੀ ਵੇਖਦੇ ਨੇ ਉਮੀਦਵਾਰ ਦਾ ਕਿਰਦਾਰ ਵੀ ਵੇਖਦੇ ਨੇ ਉਸ ਦੀ ਸ਼ਖਸੀਅਤ ਵੀ ਵੇਖਦੇ ਨੇ ਬੇਵਫਾ ਉਮੀਦਵਾਰਾਂ ਨੂੰ ਲੋਕ ਅੱਜਕੱਲ ਮੂੰਹ ਨਹੀਂ ਲਾਉਂਦੇ ਇਸੇ ਕਰਕੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਬੀਬੀ ਸੁਰਿੰਦਰ ਕੌਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹ ਲੋਕਲ ਹਨ ਉਹ ਪੁਰਾਣੇ ਲੀਡਰ ਨੇ ਉਹਨਾਂ ਨੇ ਕੋਈ ਬੇਵਫਾਈ ਨਹੀਂ ਕੀਤੀ ਹੈ ਉਹਨਾਂ ਤੇ ਕੋਈ ਵੀ ਦਾਗ ਭ੍ਰਿਸ਼ਟਾਚਾਰ ਆਦਿ ਦਾ ਨਹੀਂ ਹੈ ਇਸੇ ਕਰਕੇ ਹੀ ਬੀਬੀ ਸੁਰਿੰਦਰ ਕੌਰ ਨੂੰ ਅਸੀਂ ਉਮੀਦਵਾਰ ਬਣਾਇਆ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਸਭਾ ਚੋਣਾਂ ਦੇ ਵਾਂਗ ਜਲੰਧਰ ਪੱਛਮੀ ਦੇ ਲੋਕ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਅਕਾਲੀ ਦਲ ਦੇ ਵੱਲੋਂ ਬੀਬੀ ਸਰਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਬੀਬੀ ਜਗੀਰ ਕੌਰ ਅਤੇ ਮਹਿੰਦਰ ਸਿੰਘ ਕੇਪੀ ਪਹੁੰਚੇ ਬੀਬੀ ਸਰਜੀਤ ਕੌਰ ਦੇ ਨਾਲ ਕਾਗਜ਼ ਦਾਖਲ ਕਰਨ ਦੇ ਲਈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਬੀਬੀ ਜਗੀਰ ਕੌਰ ਨੇ ਆਖਿਆ ਇਸ ਦੇ ਨਾਲ ਨਾ ਕੋਈ ਸਰਕਾਰ ਬਣਨੀ ਹੈ ਨਾ ਹੀ ਕੋਈ ਸਰਕਾਰ ਡਿੱਗਣੀ ਹੈ ਪਰ ਸ਼ਰਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਦੇ ਹਾਲਾਤ ਕੋਈ ਵੀ ਸੁਧਾਰ ਨਹੀਂ ਸਕਦਾ ਇਸ ਕਰਕੇ ਅਸੀਂ ਇਹ ਸਾਰੇ ਮੁੱਦੇ ਲੈ ਕੇ ਜੋ ਪੰਜਾਬ ਦੇ ਹਾਲਾਤ ਵਿਗੜੇ ਹੋਏ ਨੇ ਇਹ ਸਾਰੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਉਹਨਾਂ ਦੀ ਮਰਜ਼ੀ ਹੈ ਕਿ ਵੋਟਾਂ ਕਿਸ ਨੂੰ ਪਾਉਣੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਉਮੀਦ ਹੈ ਪੰਜਾਬ ਦੀ ਬਿਹਤਰੀ ਦੇ ਲਈ ਅਕਾਲੀ ਦਲ ਦੇ ਬੀਬੀ ਜਗੀਰ ਕੌਰ ਦੇ ਵੱਲੋਂ ਇਹ ਸਭ ਦਾਅਵੇ ਕੀਤੇ ਗਏ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਆਏ ਪੁਲਿਸ ਦੇ ਵਿੱਚ ਸੁਧਾਰਾਂ ਦੇ ਨਾਮ ਤੇ ਉਹਨਾਂ ਦੇ ਵੱਲੋਂ ਕੁਝ ਅਨਾਉਂਸਮੈਂਟਸ ਕੀਤੀਆਂ ਗਈਆਂ ਕੁਝ ਐਲਾਨ ਕੀਤੇ ਗਏ ਜਿਨ੍ਹਾਂ ਦੇ ਵਿੱਚ ਭਗਵੰਤ ਮਾਨ ਨੇ ਆਖਿਆ ਮੈਂ 10000 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰਵਾ ਦਿੱਤੇ ਹਨ ਇਹ ਉਹ ਪੁਲਿਸ ਮੁਲਾਜ਼ਮ ਨੇ ਜਿਹੜੇ ਇੱਕੋ ਹੀ ਪੁਲਿਸ ਥਾਣੇ ਦੇ ਵਿੱਚ 10 10 15 15 ਸਾਲਾਂ ਤੋਂ ਬੈਠੇ ਹੋਏ ਸਨ ਇਹਨਾਂ ਦੀਆਂ ਸੈਟਿੰਗਾਂ ਹੋ ਗਈਆਂ ਸੀ ਇਹਨਾਂ ਦੀਆਂ ਯਾਰੀਆਂ ਪੈ ਗਈਆਂ ਇਲਾਕੇ ਦੇ ਵਿੱਚ ਰਿਸ਼ਤੇਦਾਰੀਆਂ ਪੈ ਗਈਆਂ ਇਲਾਕੇ ਦੇ ਵਿੱਚ ਇਸ ਕਰਕੇ ਇਹ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਰਹੇ ਸਨ ਇਹਨਾਂ ਦਾ ਇੱਕ ਇੱਕ ਡਿਵੀਜ਼ਨ ਛੱਡ ਕੇ ਮੈਂ ਤਬਾਦਲਾ ਕਰਵਾਇਆ ਹੈ ਬਹੁਤ ਦਾਅਵੇ ਕੀਤੇ ਭਗਵੰਤ ਮਾਨ ਨੇ ਕਿ ਪੁਲਿਸ ਦੇ ਵਿੱਚ ਮੈਂ ਸੁਧਾਰ ਕਰ ਦਿੱਤੇ ਹਨ ਮੈਂ ਇਹ ਜੋ ਕਦਮ ਚੁੱਕੇ ਨੇ ਇਹ ਬਹੁਤ ਸੁਧਾਰਾਤਮਕ ਕਦਮ ਮੈ ਚੁੱਕੇ ਨੇ ਪਰ ਇਸ ਮੌਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਭਗਵੰਤ ਮਾਨ ਦੇ ਨਾਲ ਬੈਠੇ ਹੋਏ ਸਨ ਪਰ ਹੁਣ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਭਗਵੰਤ ਮਾਨ ਦੇ ਸਾਰੇ ਦਾਅਵਿਆਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਗਈਆਂ ਨੇ ਇੰਟਰਵਿਊ ਦੇ ਵਿੱਚ ਇਹਨਾਂ ਤਬਾਦਲਿਆਂ ਨੂੰ ਇੱਕ ਰੁਟੀਨ ਤਬਾਦਲੇ ਦੱਸ ਦਿੱਤਾ ਗੌਰਵ ਯਾਦਵ ਨੇ ਉਨ੍ਹਾਂ ਨੇ ਆਖਿਆ ਇਹ ਤਬਾਦਲਿਆਂ ਦੀ ਨੀਤੀ 2020 ਦੇ ਵਿੱਚ ਬਣੀ ਸੀ ਉਸੇ ਨੀਤੀ ਦੇ ਤਹਿਤ ਹੀ ਇਹ ਤਬਾਦਲੇ ਕੀਤੇ ਗਏ ਨੇ ਇਹ ਨਾ ਸਮਝੋ ਕਿ ਜਿਨ੍ਹਾਂ ਦੇ ਟ੍ਰਾਂਸਫਰ ਕੀਤੇ ਨੇ ਇਹ ਸਾਰੇ ਦਾਗੀ ਹਨ ਅਜਿਹਾ ਬਿਲਕੁਲ ਨਹੀਂ ਹੈ 2020 ਦੇ ਵਿੱਚ ਤਬਾਦਲਿਆਂ ਦੀ ਨੀਤੀ ਬਣਾਈ ਗਈ ਸੀ 2020 ਦੀ ਨੀਤੀ ਦੇ ਤਹਿਤ ਇਹ ਤਬਾਦਲੇ ਕੀਤੇ ਗਏ ਹਨ ਜਦਕਿ ਮੁੱਖ ਮੰਤਰੀ ਆਖ ਰਹੇ ਨੇ ਮੈਂ ਕਰਵਾਏ ਨੇ ਤਬਾਦਲੇ ਡੀਜੀਪੀ ਆਖਰੇ ਨੇ 2020 ਦੀ ਨੀਤੀ ਦੇ ਤਹਿਤ ਇਹ ਤਬਾਦਲੇ ਹੋਏ ਨੇ ਅਤੇ ਮੁੱਖ ਮੰਤਰੀਤਾ ਬਣੇ ਨੇ ਭਗਵੰਤ ਮਾਨ 2022 ਦੇ ਵਿੱਚ ਇਸ ਦਾ ਮਤਲਬ ਹੈ ਡੀਜੀਪੀ ਕਹਿਣਾ ਇਹ ਚਾਹੁੰਦੇ ਨੇ ਕਿ ਭਗਵੰਤ ਮਾਨ ਦਾ ਇਸ ਦੇ ਵਿੱਚ ਕੋਈ ਵੀ ਰੋਲ ਨਹੀਂ ਹੈ ਅਤੇ ਉਹਨਾਂ ਨੇ ਤਾਂ ਇਥੋਂ ਤੱਕ ਦਾਵਾ ਕਰ ਦਿੱਤਾ ਇਹਨਾਂ 10000 ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਕੋਈ ਵੀ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਨਹੀਂ ਹੈ ਮੈਂ ਇਹ ਦਾਅਵੇ ਦੇ ਨਾਲ ਆਖਦਾ ਹਾਂ ਮੁੱਖ ਮੰਤਰੀ ਨੇ ਕੁਝ ਆਖਿਆ ਡੀਜੀਪੀ ਨੂੰ ਨਾਲ ਬਿਠਾ ਕੇ ਕਿ ਇਹਨਾਂ ਦੀਆਂ ਸੈਟਿੰਗਾਂ ਹੋ ਗਈਆਂ ਸਨ ਤਾਂਤਵਾਦਲੇ ਕਰਵਾਏ ਨੇ 10000 ਪੁਲਿਸ ਮੁਲਾਜ਼ਮਾਂ ਦੇ ਡੀਜੀਪੀ ਆਖੀ ਜਾਂਦੇ ਨੇ ਮੈਂ ਇਹਨਾਂ ਦੀ ਗਰੰਟੀ ਲੈਣਾ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਇਹਨਾਂ 10000 ਦੇ ਵਿੱਚੋਂ ਕੋਈ ਵੀ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਨਹੀਂ ਹੈ ਮੁੱਖ ਮੰਤਰੀ ਅਤੇ ਡੀਜੀਪੀ ਦੇ ਆਪਸ ਵਿੱਚ ਹੀ ਬੋਲ ਮੇਲ ਖਾਂਦੇ ਨਜ਼ਰ ਨਹੀਂ ਆ ਰਹੇ ਇਸ ਤੋਂ ਇਲਾਵਾ ਵੀ ਜੋ ਦਾਅਵੇ ਭਗਵੰਤ ਮਾਨ ਨੇ ਕੀਤੇ ਸਨ ਉਹਨਾਂ ਦੀਆਂ ਤੱਜੀਆਂ ਕਿਵੇਂ ਉਡਾਈਆਂ ਉਹ ਵੀ ਦੱਸ ਦਿੰਨੇ ਆ ਭਗਵੰਤ ਮਾਨ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਸੀ ਕਿ ਪੰਜਾਬ ਦੇ ਵਿੱਚ ਜੋ ਨਸ਼ਾ ਆ ਰਿਹਾ ਹੈ ਉਸ ਦਾ ਮੁੱਖ ਸਰੋਤ ਹੈ ਗੁਜਰਾਤ ਗੁਜਰਾਤ ਤੋਂ ਨਸ਼ਾ ਆ ਰਿਹਾ ਹੈ ਜਦ ਕਿ ਇੰਟਰਵਿਊ ਦੇ ਵਿੱਚ ਡੀਜੀਪੀ ਗੌਰਵ ਯਾਦਵ ਨੇ ਆਖਿਆ ਆਈਐਸਆਈ ਪਾਕਿਸਤਾਨ ਮੁੱਖ ਸਰੋਤ ਹੈ ਉਸ ਦੇ ਵੱਲੋਂ ਬਾਰਡਰਾਂ ਦੇ ਜ਼ਰੀਏ ਡਰੋਨਾਂ ਦੇ ਜ਼ਰੀਏ ਪੰਜਾਬ ਦੇ ਵਿੱਚ ਨਸ਼ਾ ਭੇਜਿਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨਾ ਗੁਜਰਾਤ ਦੀ ਭਾਜਪਾ ਸਰਕਾਰ ਦੇ ਸਿਰਪਾੰਡਾ ਪਨ ਰਹੇ ਸਨ ਅਤੇ ਡੀਜੀਪੀ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦੇ ਸਿਰਪਾੰਡਾ ਪਨ ਦਿੱਤਾ ਹੈ ਅਤੇ ਉਹ ਆਖਦੇ ਨੇ ਕਿ ਬਾਰਡਰਾਂ ਤੋਂ ਡਰੋਨ ਦੇ ਜ਼ਰੀਏ ਇਹ ਨਸ਼ਾ ਪੰਜਾਬ ਦੇ ਵਿੱਚ ਆ ਰਿਹਾ ਹੈ ਭਗਵੰਤ ਮਾਨ ਆਖਦੇ ਨੇ ਗੁਜਰਾਤ ਦੀਆਂ ਬੰਦਰਗਾਹਾਂ ਦੇ ਜ਼ਰੀਏ ਇਹ ਨਸ਼ਾ ਪੰਜਾਬ ਦੇ ਵਿੱਚ ਆ ਰਿਹਾ ਹੈ ਬਹੁਤ ਬਿਲਕੁਲ ਵੱਖਰੀ ਵੱਖਰੀ ਬਿਆਨਬਾਜ਼ੀ ਦੋਵਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਡੀਜੀਪੀ ਨੇ ਇਹ ਵੀ ਆਖਿਆ ਕਿ ਪੰਜਾਬ ਪੁਲਿਸ ਬਹੁਤ ਵਧੀਆ ਹੈ ਉਹ ਨਸ਼ੇ ਦੇ ਖਿਲਾਫ ਲੜ ਰਹੀ ਹੈ ਬਹੁਤ ਬਹਾਦਰ ਫੋਰਸ ਹੈ ਸਿੱਟਾ ਇਹ ਨਿਕਲਦਾ ਹੈ ਗੱਲ ਦਾ ਕਿ ਭਗਵੰਤ ਮਾਨ ਨੇ ਭਾਂਡਾ ਪੰਨਿਆ ਸੀ ਪੰਜਾਬ ਪੁਲਿਸ ਦੇ ਸਿਰ ਨਸ਼ਾ ਵਧਣ ਦਾ ਹਰ ਡੀਜੀਪੀ ਆਪਣੀ ਪੁਲਿਸ ਦੇ ਪੱਖ ਦੇ ਵਿੱਚ ਖੜ ਗਏ ਨੇ ਅਤੇ ਮੁੱਖ ਮੰਤਰੀ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਕਾਰ ਕੇ ਰੱਖ ਦਿੱਤਾ ਹੈ ਡੀਜੀਪੀ ਗੌਰਵਈ ਯਾਦਵ ਨੇ ਹੁਣ ਇਸ ਤੋਂ ਬਾਅਦ ਅਗਲਾ ਕਦਮ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਹੋਏਗਾ ਉਹ ਵੀ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਉਹਨਾਂ ਦੇ ਹੀ ਡੀਜੀਪੀ ਨੇ ਉਹਨਾਂ ਦੇ ਹੀ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਕਾਰ ਕੇ ਰੱਖ ਦਿੱਤਾ ਹੈ ਅੱਗੇ ਵਧਦੇ ਹਾਂ ਪੁਲਿਸ ਦੇ ਵੱਲੋਂ ਪੂਰੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਸ਼ੇ ਦੇ ਖਿਲਾਫ ਆਪਰੇਸ਼ਨ ਚਲਾਏ ਜਾ ਰਹੇ ਨੇ ਵੱਖ-ਵੱਖ ਨਾਂ ਇਹਨਾਂ ਆਪਰੇਸ਼ਨਾਂ ਨੂੰ ਦਿੱਤੀ ਜਾ ਰਹੇ ਨੇ ਪੁਲਿਸ ਦੇ ਵੱਲੋਂ ਪਹਿਲਾਂ ਕਾਸੋ ਆਪਰੇਸ਼ਨ ਚਲਾਏ ਗਏ 2-3 ਦਿਨ ਅਤੇ ਹੁਣ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਆਖਦੇ ਨੇ ਕਿ ਜਿਹੜਾ ਹੁਣ ਅਸੀਂ ਆਪਰੇਸ਼ਨ ਚਲਾ ਰਹੇ ਹਾਂ ਤਲਾਸ਼ੀ ਅਭਿਆਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਸ ਦਾ ਨਾਮ ਹੈ ਆਪਰੇਸ਼ਨ ਈਗਲ ਇਸ ਦੇ ਤਹਿਤ ਅਸੀਂ ਉਹਨਾਂ ਇਲਾਕਿਆਂ ਦੇ ਵਿੱਚ ਛਾਪੇਮਾਰੀ ਕਰ ਰਹੇ ਹਾਂ ਜਿਨ੍ਹਾਂ ਤੇ ਸਾਨੂੰ ਹੈ ਜਨਾਨੀਆਂ ਵਾਰ-ਵਾਰ ਸ਼ਿਕਾਇਤਾਂ ਆਉਂਦੀਆਂ ਨੇ ਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਨਸ਼ਾ ਵਿਕਦਾ ਹੈ ਜਾਂ ਫਿਰ ਨਸ਼ਾ ਵੇਚਣ ਵਾਲੇ ਕਾਰੋਬਾਰ ਕਰਦੇ ਨੇ ਉਹਨਾਂ ਇਲਾਕਿਆਂ ਤੇ ਅਸੀਂ ਲਗਾਤਾਰ ਛਾਪੇਮਾਰੀ ਕਰ ਰਹੇ ਹਾਂ ਅਰਪਿਤ ਛੁਕਲਾ ਦੇ ਵੱਲੋਂ ਕੁਝ ਅੰਕੜੇ ਵੀ ਜਾਰੀ ਕੀਤੇ ਗਏ ਨੇ ਉਹਨਾਂ ਨੇ ਆਖਿਆ ਪਿਛਲੇ 1 ਸਾਲ ਦੇ ਵਿੱਚ ਪੁਲਿਸ ਦੇ ਵੱਲੋਂ ਪੰਜਾਬ ਭਰ ਦੇ ਵਿੱਚ 356 ਵੱਡੇ ਨਸ਼ਾ ਤਸਕਰੇ ਕਾਬੂ ਕੀਤੇ ਗਏ ਨੇ 200 ਕਰੋੜ ਰੁਪਏ ਦੀ ਜਾਇਦਾਦ ਵੀ ਇਹਨਾਂ ਨਸ਼ਾ ਤਸਕਰਾਂ ਦੀ ਅਸੀਂ ਜ਼ਬਤ ਕਰ ਲਈ ਹੈ ਪੁਲਿਸ ਅਤੇ ਮਾਲ ਵਿਭਾਗ ਮਿਲ ਕੇ ਕੰਮ ਕਰਨਗੇ ਤਾਂ ਜੋ ਕਿਸੇ ਨੂੰ ਵੀ ਬਖਸ਼ਿਆ ਨਾ ਜਾ ਸਕੇ ਹੁਣ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਹੈ ਕਿਸੇ ਵੀ ਨਸ਼ਾ ਤਸਕਰ ਦੀ ਜਾਇਦਾਦ 7 ਦਿਨਾਂ ਦੇ ਅੰਦਰ ਅੰਦਰ ਜ਼ਬਤ ਕਰ ਲਈ ਜਾਵੇਗੀ ਜ਼ਬਤ ਕਰਨ ਦੀ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ ਅਰਪੇ ਸ਼ੁਕਲਾ ਨੇ ਆਖਿਆ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਖਾਸ ਤੌਰ ਤੇ ਅਸੀਂ ਉਹਨਾਂ ਤੇ ਨਿਗਾਹ ਰੱਖ ਰਹੇ ਹਾਂ ਪਹਿਲੇ ਪੜਾਅ ਦੇ ਵਿੱਚ ਫਿਰੋਜ਼ਪੁਰ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਪਿੰਡਾਂ ਦੇ ਵਿੱਚ 575 ਥਾਵਾਂ ਤੇ ਕੈਮਰੇ ਲਾਏ ਜਾਣਗੇ ਹਾਲਾਂਕਿ ਪਿੰਡ ਰੱਖਿਆ ਕਮੇਟੀਆਂ ਪਹਿਲਾਂ ਹੀ ਕਰ ਰਹੀਆਂ ਹਨ ਮਤਲਬ ਕੰਮ ਕਰ ਰਹੀਆਂ ਨੇ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ ਇਸ ਦੇ ਬਾਵਜੂਦ ਕੈਮਰੇ ਵੀ ਸਰਕਾਰ ਦੇ ਵੱਲੋਂ ਲਾਏ ਜਾਣਗੇ ਅਰਪਿਤ ਸ਼ੁਕਲਾ ਦੇ ਵੱਲੋਂ ਇਹ ਸਾਰੀ ਜਾਣਕਾਰੀ ਪੰਜਾਬ ਦੇ ਲੋਕਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੁਲਿਸ ਚਾਹੇ ਕੁਝ ਵੀ ਦਾਅਵੇ ਕਰੇ ਪਰ ਪੰਜਾਬ ਦੇ ਵਿੱਚ ਚੋਰੀਆਂ ਲੁੱਟਾਂ ਖੋਹਾਂ ਛਪਟ ਮਾਰੀਆਂ ਡਾਕੇ ਆਮ ਖਬਰ ਬਣਦੇ ਨਜ਼ਰ ਆ ਰਹੇ ਨੇ ਜਲੰਧਰ ਦੇ ਟਿਲਵਾ ਰੋਡ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਇੱਕੋ ਸਮੇਂ ਦੋ ਦੁਕਾਨਾਂ ਤੋਂ ਚੋਰਾਂ ਦੇ ਵੱਲੋਂ ਚੋਰੀਆਂ ਕੀਤੀਆਂ ਗਈਆਂ ਨੇ ਇੱਕ ਹੈ ਗੁਰੂ ਕਿਰਪਾ ਇੰਟਰਪ੍ਰਾਈਜ਼ਸ ਦੁਕਾਨ ਅਤੇ ਦੂਜੀ ਮੈਡੀਕਲ ਸਟੋਰ ਹੈ ਜਿੱਥੇ ਕਿ ਸ਼ਟਰ ਤੋੜ ਕੇ ਚੋਰਾਂ ਦੇ ਵੱਲੋਂ ਚੋਰੀਆਂ ਕੀਤੀਆਂ ਗਈਆਂ ਨੇ ਦੁਕਾਨਦਾਰਾਂ ਨੇ ਦੱਸਿਆ ਕਿ ਕੁਝ ਸਾਡਾ ਇਹ ਕੈਸ਼ ਲੈ ਗਏ ਨੇ 5-5 10-10 ਹਜ਼ਾਰ ਰੁਪਿਆ ਅਤੇ ਕੁਝ ਸਾਡੀਆਂ ਚੀਜ਼ਾਂ ਵੀ ਦੁਕਾਨ ਦੇ ਵਿੱਚੋਂ ਚੋਰੀ ਕਰਕੇ ਲੈ ਗਏ ਨੇ ਜਿਵੇਂ ਕਿ ਲੈਪਟਾਪ ਆਦਿ ਸਾਡਾ 60 ਤੋਂ 70 ਹਜ਼ਾਰ ਰੁਪਿਆ ਨੁਕਸਾਨ ਹੋ ਗਿਆ ਹੈ ਚੋਰੀਆਂ ਇਸ ਇਲਾਕੇ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਸੁਰੱਖਿਅਤ ਮਾਹੌਲ ਮਿਲਣਾ ਚਾਹੀਦਾ ਹੈ ਅਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ 12 ਵਜੇ ਤੱਕ ਪੁਲਿਸ ਦਾ ਕੋਈ ਵੀ ਮੁਲਾਜ਼ਮ ਮੌਕੇ ਤੇ ਨਹੀਂ ਪਹੁੰਚਿਆ ਦੁਕਾਨਦਾਰਾਂ ਨੇ ਇਹ ਵੀ ਦੁੱਖ ਇਜ਼ਹਾਰ ਕੀਤਾ ਹੈ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਉਹ ਆਖਦੇ ਨੇ ਕੁੜੀ ਕੰਤ ਤੋਂ ਬਾਅਦ ਅਸੀਂ ਆਪਣਾ ਕੰਮ ਕਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਵਾਲੇ ਆਏ ਅਤੇ ਮੌਕਾ ਵੇਖ ਕੇ ਗਏ ਨੇ ਸੁਰੱਖਿਅਤ ਮਾਹੌਲ ਮਿਲਣਾ ਚਾਹੀਦਾ ਹੈ ਅੱਗੇ ਵਧਦੇ ਹਾਂ ਅਗਲੀ ਖਬਰ ਵੀ ਜਲੰਧਰ ਤੋਂ ਹੀ ਸਾਹਮਣੇ ਆਈ ਹੈ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਤੋਂ ਖਬਰ ਸਾਹਮਣੇ ਆਈ ਜਿੱਥੇ ਜੋਤੀ ਨਾਮਕ ਇੱਕ ਬੀਬੀ ਦੀਆਂ ਕੰਨਾਂ ਦੀਆਂ ਵਾਲੀਆਂ ਚਪਟ ਮਾਰਾਂ ਦੇ ਵੱਲੋਂ ਖੋਲੀਆਂ ਗਈਆਂ ਨੇ ਇਹ ਖਬਰ ਦੇ ਮੁਤਾਬਕ ਜੋ ਪੀੜਤਾ ਜੋਤੀ ਨੇ ਜਾਣ ਕਰ ਦਿੱਤੀ ਹੈ ਕਿ ਉਹ ਸੜਕ ਤੇ ਜਾ ਰਹੀ ਸੀ ਅਤੇ ਪਿੱਛੋਂ ਸਪਲੈਂਡਰ ਤੇ ਦੋ ਨੌਜਵਾਨ ਆਏ ਲੁਟੇਰੇ ਆਏ ਉਹਨਾਂ ਨੇ ਮੂੰਹ ਬੰਨੇ ਹੋਏ ਸਨ ਅਤੇ ਕੋਲੋਂ ਦੀ ਲੰਘਦਿਆਂ ਕੰਨਾਂ ਦੇ ਵਿੱਚੋਂ ਵਾਲੀਆਂ ਖਿੱਚ ਕੇ ਧੂਕੇ ਉਹ ਲੈ ਗਏ ਹਨ ਜਿਸ ਕਰਕੇ ਮੇਰੇ ਕੰਨ ਵੀ ਜ਼ਖਮੀ ਹੋ ਗਏ ਨੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਪੁਲਿਸ ਨੇ ਆਖਿਆ ਸ਼ਿਕਾਇਤ ਦਰਜ ਕਰ ਲਈ ਹੈ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾਣ ਅਤੇ ਡਾਕੂਆਂ ਨੂੰ ਲਟੇਰਿਆਂ ਨੂੰ ਚਪਟਮਾਰਾਂ ਨੂੰ ਫੜ ਲਿਆ ਜਾਵੇਗਾ ਪੁਲਿਸ ਨੇ ਇਹ ਗੱਲ ਆਖੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਟਵਾਰੀਆਂ ਦੇ ਨਾਲ ਕੁਝ ਮਹੀਨੇ ਪਹਿਲਾਂ ਪੇਚਾ ਪਿਆ ਸੀ ਪਰ ਉਹ ਪੇਚਾ ਅਜੇ ਤੱਕ ਸੁਲਝਿਆ ਨਹੀਂ ਹੈ ਹੁਣ ਪਟਵਾਰੀਆਂ ਦੇ ਵੱਲੋਂ ਪਟਵਾਰ ਯੂਨੀਅਨ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਬੈਠਕ ਕੀਤੀ ਗਈ ਬੈਠਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਅਲਟੀਮੇਟਮ ਦੇ ਦਿੱਤਾ ਗਿਆ ਹੈ ਰੇਵਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਨੇ ਐਲਾਨ ਕੀਤਾ 1100 ਪਟਵਾਰੀਆਂ ਦੀਆਂ ਪੋਸਟਾਂ ਮਾਨ ਸਰਕਾਰ ਨੇ ਖਤਮ ਕਰ ਦਿੱਤੀਆਂ ਨੇ ਜਦ ਕਿ ਲੋਕ ਵਧੇ ਨੇ ਆਬਾਦੀ ਵਧੀ ਹੈ ਇਸ ਕਰਕੇ ਪਟਵਾਰੀ ਵਧਨੇ ਚਾਹੀਦੇ ਸਨ ਸਰਕਾਰ ਨੇ 1100 ਪਟਵਾਰੀ ਖਤਮ ਕਰ ਦਿੱਤੇ ਨੇ ਸਗੋਂ ਨਫਰੀ ਹੋਰ ਵਧਾਈ ਜਾਣੀ ਚਾਹੀਦੀ ਹੈ ਸਾਡੀ ਇਹ ਮੰਗ ਹੈ ਪਿਛਲੇ 10 ਮਹੀਨਿਆਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਜੋ ਜਲੰਧਰ ਪੱਛਮੀ ਦੀ ਉਪ ਚੋਣ ਆ ਰਹੀ ਹੈ ਪਹਿਲੇ ਹਫਤੇ ਜੁਲਾਈ ਦੇ ਵਿੱਚ ਅਸੀਂ ਜਲੰਧਰ ਪੱਛਮੀ ਦੇ ਵਿੱਚ ਇੱਕ ਰੈਲੀ ਕਰਾਂਗੇ ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ਨੂੰ ਆਖਾਂਗੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਓ ਇਹ ਮੁਲਾਜ਼ਮਾਂ ਦੇ ਖਿਲਾਫ ਹੈ ਸਰਕਾਰ ਇਜਿਹੇ ਕੰਮ ਕਰਨ ਦੇ ਕਰਕੇ ਹੀ 130 ਦਾ ਨਾਰਾ ਵੀ ਠੋਸ ਹੋ ਗਿਆ ਆਮ ਆਦਮੀ ਪਾਰਟੀ ਦਾ ਜੇਕਰ ਹੁਣ ਵੀ ਨਾ ਸੁਧਰੀ ਸਰਕਾਰ ਤਾਂ ਫਿਰ ਉਪ ਚੋਣਾਂ ਦੇ ਵਿੱਚ ਵੀ ਇਹਨਾਂ ਨੂੰ ਮੂੰਹ ਦੀ ਖਾਣੀ ਪਵੇਗੀ ਪਟਵਾਰੀਆਂ ਦੇ ਵੱਲੋਂ ਇਹ ਚੇਤਾਵਨੀ ਮਾਨ ਸਰਕਾਰ ਨੂੰ ਦੇ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ 22 ਜੂਨ ਤੱਕ ਪੰਜਾਬ ਦੇ ਵਿੱਚ ਮੀਂਹ ਦਾ ਮਾਹੌਲ ਰਹਿ ਸਕਦਾ ਹੈ ਮੌਸਮ ਵਿਭਾਗ ਨੇ ਇਹ ਪਵਿਕ ਬਾਣੀ ਕੀਤੀ ਹੋਈ ਹੈ 23 ਜੂਨ ਤੋਂ ਇੱਕ ਵਾਰ ਫਿਰ ਤੋਂ ਲੂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਪਰ ਹੁਣ ਮੌਸਮ ਵਿਭਾਗ ਨੇ ਭਵਿਕ ਬਾਣੀ ਇਹ ਕੀਤੀ ਹੈ ਕਿ 26 ਜੂਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਮੌਸਮ ਮੀਹਾ ਵਾਲਾ ਹੋ ਸਕਦਾ ਹੈ ਵਿਭਾਗ ਦੀ ਭਵਿਕ ਬਾਣੀ ਦੇ ਮੁਤਾਬਿਕ 27 ਜੂਨ ਨੂੰ ਮੌਨਸੂਨ ਪੰਜਾਬ ਦੇ ਵਿੱਚ ਦਸਤਕ ਦੇ ਸਕਦਾ ਹੈ ਜਿਸ ਦਾ ਅਸਰ 26 ਜੂਨ ਦੀ ਸ਼ਾਮ ਨੂੰ ਹੀ ਵੇਖਣ ਨੂੰ ਮਿਲ ਸਕਦਾ ਹੈ ਅਤੇ ਉਸ ਤੋਂ ਬਾਅਦ ਪੰਜਾਬ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਦਾ ਦੌਰ ਸ਼ੁਰੂ ਹੋ ਜਾਵੇਗਾ ਕਹਿਣ ਦਾ ਮਤਲਬ ਇਹ ਹੈ ਕਿ 23 ਤੋਂ ਲੈ ਕੇ 26 ਤੱਕ ਗਰਮੀ ਦਾ ਸਾਹਮਣਾ ਪੰਜਾਬ ਦੇ ਲੋਕਾਂ ਨੂੰ ਕਰਨਾ ਪਵੇਗਾ ਮੌਸਮ ਵਿਭਾਗ ਨੇ ਇਹ ਗੱਲ ਆਖੀ ਹੈ ਅਤੇ ਉਸ ਤੋਂ ਬਾਅਦ 27 ਤਰੀਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੂਬੇ ਦੇ ਵਿੱਚ ਮੌਨਸੂਨ ਵਾਲੇ ਮੀਂਹ ਸ਼ੁਰੂ ਹੋ ਜਾਣਗੇ ਮੌਸਮ ਵਿਭਾਗ ਦੇ ਵੱਲੋਂ ਇਹ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰੈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਾਂ ਅਗਲੀ ਵਾਰ ਫੇਰ ਆਜ ਰੋਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ